ਦਾ ਮੁੱਦਾ ਲੈ ਕੇ ਅਸੀਂ ਅੱਜ ਇੱਥੇ ਆਏ ਸੀਗੇ ਔਰ ਜੱਸੀ ਜੀ ਸਾਡੇ ਨਾਲ ਇੱਥੇ ਕਿ ਜੱਸੀ ਜੀ ਤੋਂ ਸੁਣੀਏ ਕਿ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਸੀ ਔਰ ਕੀ ਮੁੱਦਾ ਸੀ ਔਰ ਸਾਡਾ ਕੀ ਰਿਜ਼ਲਟ ਨਿਕਲਿਆ ਅੱਜ ਦੀ ਮੀਟਿੰਗ ਅਸੀਂ ਇੱਥੇ ਆਏ ਸੀ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਸਰਦਾਰ ਚਰਨਜੀਤ ਸਿੰਘ ਜੀ ਇੱਕ ਸਿੱਖ ਜੋ ਕਿ ਪਿਸ਼ਾਵਰ ਵਿੱਚ ਕੱਲ੍ਹ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਮਰਡਰ ਕੀਤਾ ਗਿਆ ਸੀ ਅਸੀਂ ਉਹ ਮਸਲਾ ਲੈ ਕੇ ਅੱਜ ਪਾਕਿਸਤਾਨ ਅੰਬੈਸੀ ਆਏ ਸੀ ਸਾਡੇ ਸਿੱਖਸ ਆਫ ਅਮੈਰੀਕਾ ਦੇ ਜਿਹੜੇ ਡਾਇਰੈਕਟਰ ਨੇ ਸਾਜਿਦ ਤਾਰ ਸਾਹਿਬ ਉਹਨਾਂ ਨੇ ਲੀਡ ਲਈ ਉਹਨਾਂ ਨੇ ਸਾਨੂੰ ਅੰਬੈਸੀ ਕੋਲੋਂ ਟਾਈਮ ਦਿਵਾਇਆ ਅਤੇ ਸਿੱਖਸ ਆਫ ਅਮੈਰੀਕਾ ਦਾ ਇੱਕ ਗਰੁੱਪ ਅੱਜ ਇੱਥੇ ਆਇਆ ਹੈ ਅਤੇ ਅਸੀਂ ਆਪਣਾ ਅੰਦਰ ਮੈਮੋਰੈਂਡਮ ਦਿੱਤਾ ਹੈ ਅਤੇ ਅੰਬੈਸਡਰ ਸਾਹਿਬ ਨਾਲ ਗੱਲਬਾਤ ਹੋਈ ਹੈ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਦੀ ਪਾਕਿਸਤਾਨ ਵਿੱਚ ਸਿਕਿਉਰਿਟੀ ਵਧਾਈ ਜਾਏ ਉਹਨਾਂ ਦਾ ਪੂਰਾ ਪੂਰਾ ਸਿਕਿਉਰ ਕੀਤਾ ਜਾਏ ਉਹਨਾਂ ਦੀ ਪ੍ਰੋਪਰਟੀ ਜਾਨ ਮਾਲ ਦੀ ਹਿਫਾਜ਼ਤ ਕੀਤੀ ਜਾਏ ਅਤੇ ਉਹਨਾਂ ਨੇ ਇਸ ਬਾਰੇ ਸਾਨੂੰ ਪੂਰਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਸਾਨੂੰ ਭਰੋਸਾ ਦਿਲਾਇਆ ਕਿ ਇਸ ਵਿੱਚ ਉਹ ਪੂਰੀ ਸਿੱਖ ਕਮਿਊਨਿਟੀ ਦੀ ਅਤੇ ਹੋਰ ਮਿਨੋਰਟੀਜ਼ ਹਿੰਦੂਜ਼ ਕ੍ਰਿਸਚਨਸ ਦੀ ਪਾਕਿਸਤਾਨ ਵਿੱਚ ਪੂਰੀ ਤਰ੍ਹਾਂ ਸੁਰੱਖਿਆ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਥੈਂਕ ਯੂ ਜੀ ਅਤੇ ਮੈਂ ਗਿੱਲ ਸਾਹਿਬ ਨੂੰ ਗੱਲ ਹੋਰ ਪੁੱਛਣਾ ਚਾਹਾਂਗੀ ਕਿਉਂਕਿ ਮੈਂ ਵੀ ਮੀਟਿੰਗ ਦਾ ਹਿੱਸਾ ਸੀਗੀ ਅਤੇ ਆਪਾਂ ਇਸ ਮੁੱਦੇ 'ਤੇ ਤਾਂ ਗੱਲ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਿਕਿਉਰਿਟੀਜ਼ ਹੋਣੀ ਚਾਹੀਦੀਆਂ ਨੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਕਿਹੜੇ ਇਸ਼ੂਆਂ ਦੇ ਉੱਤੇ ਜਿਹੜੀ ਸਾਡੀ ਕਮਿਊਨਿਟੀ ਦੇ ਲਈ ਅੱਛਾ ਸਬਜੈਕਟ ਬਣ ਸਕਦੀ ਹੈ ਕਿ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਕਿਹੋ ਜਿਹਾ ਰਿਸਪੋਂਸ ਸੀ ਉਹਨਾਂ ਦਾ ਮੈਂ ਡਾਕਟਰ ਸੁਰਿੰਦਰ ਗਿੱਲ ਡਾਇਰੈਕਟਰ ਸਿੱਖਸ ਆਫ ਅਮੈਰੀਕਾ ਅੱਜ ਜਗਜੀਤ ਸਿੰਘ ਜੱਸੀ ਦੀ ਅਗਵਾਈ ਵਿੱਚ ਇਸ ਡੈਲੀਗੇਟ ਸ਼ਾਮਿਲ ਹੋਇਆ ਔਰ ਇਸ ਮੀਟਿੰਗ ਦੇ ਵਿੱਚ ਬੜੀ ਸੰਜੀਦਗੀ ਗੱਲਾਂ ਹੋਈਆਂ ਜਿਵੇਂ ਅਰਾਈਵਲ ਵੀਜ਼ਾ ਦੀ ਗੱਲ ਹੋਈ ਹੈ ਔਰ ਵਿਸਾਖੀ ਮਨਾਉਣ ਸੰਬੰਧੀ ਵਿਸਾਖੀ ਜਿਹੜੀ ਅੰਬੈਸੀ ਵਿੱਚ ਮਨਾਈ ਜਾਏ ਇਹਨਾਂ ਦੋਵਾਂ ਮੁੱਦਿਆਂ ਉੱਤੇ ਅੰਬੈਸਰ ਸਾਹਿਬ ਨੇ ਸਹਿਮਤੀ ਪ੍ਰਗਟਾਈ ਹੈ ਕਿ ਇਹ ਦੋਵੇਂ ਇਸ਼ੂ ਜਿਹੜੇ ਹੈ ਮੈਂ ਟੇਕ ਓਵਰ ਗੌਰਮੈਂਟ ਨਾਲ ਕਰਾਂ ਪਰ ਵਿਸਾਖੀ ਵਾਲਾ ਜਿਹੜਾ ਇਸ਼ੂ ਆ ਉਹਨਾਂ ਨੇ ਤੁਰੰਤ ਫੈਸਲਾ ਲੈ ਕੇ ਵਿਸਾਖੀ ਜਿਹੜੀ ਹੈ ਉਹ ਸਾਂਝੇ ਤੌਰ 'ਤੇ ਅੰਬੈਸੀ ਵਿੱਚ ਮਨਾਈ ਜਾਏਗੀ ਔਰ ਇਸ ਦੇ ਨਾਲ ਨਾਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਦਾ ਮੁੱਦਾ ਵੀ ਉਠਾਇਆ ਗਿਆ ਔਰ ਉਸ ਸੰਬੰਧੀ ਵੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਉਪਰਾਲੇ ਕਰ ਰਹੇ ਹਾਂ ਔਰ ਜਿਹੜੀ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਬਣਨੀ ਹੈ ਉਹਦੇ ਬਾਰੇ ਕਿਹਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਬਰਥਡੇ ਆ ਰਿਹਾ ਉਹਦੇ 'ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਨੀਂਹ ਪੱਥਰ ਰੱਖਿਆ ਹੋਇਆ ਸੋ ਅੱਜ ਦੀ ਮੀਟਿੰਗ ਬੜੀ ਵਧੀਆ ਰਹੀ ਹੈ ਔਰ ਸਿੱਖ ਨੂੰ ਮਾਣ ਹੈ ਕਿ ਪਾਕਿਸਤਾਨ ਅੰਬੈਸੀ ਜਿਹੜੀ ਹੈ ਸਿੱਖਾਂ ਲਈ ਔਰ ਮਨਾਰਟੀ ਲਈ ਬੜੇ ਉਪਰਾਲੇ ਕਰ ਰਹੀ ਹੈ ਇਸੇ ਤਰ੍ਹਾਂ ਹੀ ਅਸੀਂ ਰਿਲੇਸ਼ਨ ਬਣਾਈ ਰੱਖੀਏ ਅਤੇ ਭਵਿੱਖ ਵਿੱਚ ਵੀ ਹੋਰ ਜਿਹੜੇ ਹੈ ਇਹਨਾਂ ਅੰਬੈਸੀਆਂ ਤੋਂ ਉਹਦੀ ਮਦਦ ਲਈ ਜਾਏ ਥੈਂਕ ਯੂ ਅਤੇ ਮੈਂ ਭਾਜੀ ਇਸੇ ਤਰ੍ਹਾਂ ਜਾਓ ਤੁਹਾਡੇ ਤੋਂ ਵੀ ਇੱਕ ਕੁਐਸਚਨ ਪੁੱਛਣਾ ਚਾਹਾਂਗੀ ਕਿਉਂਕਿ ਤੁਸੀਂ ਵੀ ਉੱਥੇ ਟੀਮ ਦਾ ਇੱਕ ਹਿੱਸਾ ਰਹੇ ਹੋ ਮੀਟਿੰਗ ਦੇ ਵਿੱਚ ਮੈਨੂੰ ਇਹ ਦੱਸੋ ਕਿ ਅੱਜ ਅਸੀਂ ਪਾਕਿਸਤਾਨ ਮੇਰਾ ਹੀ ਪਹਿਲੀ ਵਾਰ ਸੀ ਪਾਕਿਸਤਾਨ ਅੰਬੈਸੀ ਦੇ ਵਿੱਚ ਆਉਣਾ ਕਿਸ ਤਰ੍ਹਾਂ ਦਾ ਤੁਹਾਨੂੰ ਮਾਹੌਲ ਲੱਗਿਆ ਇੱਥੇ ਪਾਕਿਸਤਾਨ ਅੰਬੈਸੀ ਦਾ ਕਿ ਲੱਗਦਾ ਸੀਗਾ ਕਿ ਰਿਸਪੈਕਟ ਇੰਨੀ ਤਰੀਕੇ ਨਾਲ ਦੇਣਗੇ ਜਾਂ ਸਾਡੀ ਗੱਲਬਾਤ ਸੁਣਨਗੇ ਮੈਂ ਸੁਰਿੰਦਰ ਸਿੰਘ ਰਹੀਆ ਮੈਂ ਵੀ ਇਸ ਮੀਟਿੰਗ ਦਾ ਇੱਕ ਪਾਰਟ ਸੀ ਪਹਿਲੀ ਗੱਲ ਤਾਂ ਅੰਬੈਸਡਰ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਬੜੀ ਅੱਛਾ ਲੱਗਿਆ ਕਿ ਉਹ ਕੱਲ੍ਹ ਆਏ ਨੇ ਦਿੱਲੀ ਤੋਂ ਉਹਨਾਂ ਨੇ ਅੱਜ ਸਾਨੂੰ ਟਾਈਮ ਦੇ ਦਿੱਤਾ ਸਾਡਾ ਮੇਨ ਪਰਪਸ ਸੀ ਜਿਹੜਾ ਕੱਲ੍ਹ ਉੱਥੇ ਸਾਡੇ ਚਰਨਜੀਤ ਸਿੰਘ ਦਾ ਮਰਡਰ ਹੋਇਆ ਉਹਨਾਂ ਨੂੰ ਕਿਹਾ ਕਿ ਤੁਸੀਂ ਸਿੱਖਾਂ ਦੀ ਆਪਣੀ ਸਿਕਿਉਰਿਟੀ ਹੋਰ ਵਧਾਓ ਔਰ ਉਹਨਾਂ ਵਾਸਤੇ ਮੈਂ ਇੱਕ ਹੋਰ ਅਸੀਂ ਮਤਲਬ ਸਾਡੇ ਗਰੁੱਪ ਨੇ ਕਿਹਾ ਕਿ ਨੈਕਸਟ ਈਅਰ ਜਿਹੜਾ 550ਵਾਂ ਜਨਮ ਦਿਨ ਆ ਰਿਹਾ ਗੁਰੂ ਨਾਨਕ ਦੇਵ ਜੀ ਦਾ ਉਹਦੇ 'ਚ ਅਸੀਂ ਬੜੇ ਸਿੱਖਾਂ ਨੇ ਉੱਥੇ ਜਾਣਾ ਹੈ ਔਰ ਸਾਨੂੰ ਸਭ ਦੀ ਪ੍ਰੋਟੈਕਸ਼ਨ ਤੁਸੀਂ ਆਪਣੀ ਗੋਲਮੇਲ ਕੋ ਕਰਾ ਕੇ ਦਿਓ ਅਤੇ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਕਿ ਇਹ ਸਾਰੇ ਕੰਮ ਕਰਨਗੇ ਅੱਜ ਦੀ ਮੀਟਿੰਗ ਬੜੀ ਅੱਛੀ ਸੀ ਉਹਨਾਂ ਨੇ ਸਾਨੂੰ ਬੜੇ ਅੱਛੇ ਤਰੀਕੇ ਨਾਲ ਟ੍ਰੀਟ ਦਿੱਤਾ ਸਰ ਅੰਬੈਸੀ 'ਚ ਮੈਂ ਕਹਾਂਗੀ ਮੇਰਾ ਪਹਿਲਾ ਟਾਈਮ ਸੀ ਮੈਨੂੰ ਤਾਂ ਥੋੜ੍ਹਾ ਜਿਹਾ ਹਿਚਕਚਾਹਟ ਜੀ ਸੀ ਕਿ ਤੁਸੀਂ ਵੀ ਇਹੋ ਜਿਹੀ ਹਿਚਕਚਾਹਟ ਮਹਿਸੂਸ ਕੀਤੀ ਪਹਿਲੀ ਗੱਲ ਤਾਂ ਅੰਬੈਸੀ ਜਾਇਆ ਸਾਨੂੰ ਸ਼ੁਰੂ ਸੀ ਨਹੀਂ ਰਿਹਾ ਵੀ ਅਸੀਂ ਪਾਕਿਸਤਾਨੀ ਅੰਬੈਸੀ ਜਾ ਰਹੇ ਹਾਂ ਕਿ ਕਿਸੇ ਹੋਟਲ ਦੇ ਵਿੱਚ ਜਾ ਰਹੇ ਹਾਂ ਇੱਦਾਂ ਵਧੀਆ ਕਲੀਨ ਸਾਫ਼ ਸੀਗੀ ਫਿਰ ਉਹਨੇ ਸਾਡੇ ਆਉਂਦਿਆਂ ਨੂੰ ਕੀਆ ਠੀਕ ਆਇਆ ਕਹਿਣ ਵਾਸਤੇ ਬਾਬਾ ਭਾਰੋ ਬੈਠੀ ਸੀਗੀ ਜਿਹੜੇ ਚਾਰ ਪੰਜ ਮੁੱਦੇ ਉਠਾਏ ਗਏ ਆ ਇੱਕ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਆ ਰਿਹਾ 550 ਉਹਦੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਉਹਨਾਂ ਦੇ ਯੂਨੀਵਰਸਿਟੀ ਜਿਹੜੀ ਆ ਉਹਨਾਂ ਦੇ ਨਾਂ 'ਤੇ ਵੀ ਰੱਖੀ ਜਾਵੇ ਉਹਨਾਂ ਨੇ ਆਖਿਆ ਠੀਕ ਹੈ ਜੀ ਬਾਕੀ ਵਿਸਾਖੀ ਦਾ ਇੱਕ ਪ੍ਰੋਗਰਾਮ ਕਿਹਾ ਸੀਗਾ ਵਿਸਾਖੀ ਪੰਜਾਬਾਂ ਦੇ ਮਾਸਕ ਲਾਉਂਦੇ ਹਾਂ ਇਕੱਠੇ ਰਲ ਮਿਲ ਕੇ ਪੰਜਾਬੀ ਦਾ ਪ੍ਰੋਗਰਾਮ ਵਿਸਾਖੀ ਦਾ ਵੀ ਉਹਨੇ ਸਾਰੀ ਹੱਡੀਆਂ ਦੀ ਬੇਨਤੀ ਕੀਤੀ ਗਈ ਆ ਉਹ ਕਹਿੰਦੇ ਜੀ ਸਾਰੀ ਥੈਂਕ ਯੂ ਜੀ ਅਤੇ ਮੇਰੇ ਨਾਲ ਬਹੁਤ ਖਾਸ ਮੈਂ ਕਹਾਂਗੀ ਮੀਡੀਆ ਪਾਰਟਨਰ ਹੈਗੇ ਨੇ ਇਜ਼ ਅ ਬ੍ਰਦਰ ਫਰੋਮ ਅਨਦਰ ਮਦਰ ਅਤੇ ਕੁਲਵਿੰਦਰ ਫਲੋਰਾ ਜੀ ਕੁਲਵਿੰਦਰ ਜੀ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਪਾਕਿਸਤਾਨ ਦੀ ਸਰਕਾਰੀ ਇਸ ਅਦਾਰੇ ਵੱਲੋਂ ਜਿਸ ਤਰ੍ਹਾਂ ਸਾਨੂੰ ਆਮਦ ਕੀਤਾ ਗਿਆ ਔਰ ਉਸਦੇ ਨਾਲ ਸਾਨੂੰ ਭਰੋਸਾ ਦਿਵਾਇਆ ਗਿਆ ਕਿ ਪਾਕਿਸਤਾਨ ਦੇ ਵਿੱਚ ਜੋ ਵੀ ਸਿੱਖ ਵੱਸਦੇ ਨੇ ਉਹਨਾਂ ਦੀ ਸਿਕਿਉਰਿਟੀ ਨੂੰ ਯਕੀਨੀ ਬਣਾਇਆ ਜਾਏਗਾ ਉਸਦੇ ਨਾਲ ਨਾਲ ਜਿਹੜੀ ਸਾਡੀ ਸਿੱਖਸ ਆਫ ਅਮੈਰੀਕਾ ਨੇ ਮੁੱਦੇ ਰੱਖੇ ਸੀਗੇ
कि गुरु गोबिंद गुरु नानक देव साहब जी का गुरपुरब आ रहा नेक्स्ट साल अगले साल 550 उस वास्ते पुख्ता कदम चुके जाने नाल अराइवल वीज़ा ज उन्होंने रिहायश वास्ते सिक्योरिटी वास्ते हर चीज़ वास्ते उन्होंने पूरा भरोसा दवाया। तो उम्मीद करते हैं कि हिंदुस्तान की सरकार भी इस तरह ही साढ़े वास्ते कोई अहम कदम चुकन तो आने वाले समय में असी सारे जने मिलजुल के एक बहुत ही ताकतवर नेशन बना सके। मैं आप जी का बहुत बहुत धन्यवादी हाँ तो उम्मीद करता अं सारे रल मिल के इस तरह आने वाले समय तरक्की कर देना। बिल्कुल बस दे रहो जी। थैंक यू जी। थैंक यू कुलविंदर जी। मेरे नाल एक और फीमेल पावर मैं कहांगी सिम मैं कहांगी अज गुड टू सी हर क्योंकि बहुत घट सारिया फीमेल लेडीज ने जो ज्वाइन कर दी। सब तो पहला तो मेरे वालों सारे दर्शकों सत श्री अकाल मुन्नी जी उन्होंने गिल फैमिली बहुत बहुत बधाइया उन्होंने माई टीवी रेडियो चैनल की ओपनिंग से। तो मैं जिहड़ा असीं अज मुद्दा लैके आए हैं इत्थे पाकिस्तान अंबैसी ते मैं मेरा पहला एक्सपीरियंस है मैं पहली बार पाकिस्तान अंबैसी च आई हाँ। पहला तो बिल्डिंग देख के हैरान रह गए खुश होए बड़े कि कितना सोहना इन्होंने वेल मैनेज किया। तो इनसाइड भी जो असी इन्होंने सानू वेलकम किया आ तो सानू लगे ही नहीं कि असं पाकिस्तान अंबैसी चाहे इदा लगे साड़ी अपनी सिखा दी अंबैसी च आ गए। तो इन्होंने बड़ा साडा वार्म वेलकम किया कोई सानू सिक्योरिटी थ्रू नहीं जाना पिया। एंड सब तो इंप्रेसिव चीज़ जिहड़ी सानू लगी कि इन्होंने भंगी मिसल की जिहड़ी तोप है उहदा मिनीएचर लोगो इन्होंने रखा होया कि पंजाब सिख हैरीटेज नू किन्ना इन्होंने सांभ के रखा होया। तो अंबैसडर भी साढ़े नाल बड़े होमली उन्होंने बिहेवियर किया बड़ा सोहना उन्होंने सत्कार नाल साडियां मंगां सुनिया आ ते हर एक गल ते उन्होंने दस्या आ कि ए सब नू किदा उन्होंने अगे फरदर इन्हू सिरे चढ़ाना आ गल। कहांगे कि एक होर गैसट जुड़न लगे ने कुलदीप गिल। सो कुलदीप गिल नूं मैं कहांगी कि अज कुलदीप गिल रिप्रजेंट कर रहे हैं पाकिस्तान फ्लैग नूं। सो ये पूरा अज पाकिस्तान नूं खुश करन वास्ते आए ने कि अज मैं यही कपड़े पा के आने हैं। सो पुछदी हां कुलदीप गिल नूं कि पाकिस्तान ने वाकई खुश किया तुहानूं कि नहीं। सब तो पहले सारे सत श्री अकाल नमस्कार अस्सलाम वालेकुम मैं कुलदीप गिल। वाकई मैं जो पता लगा कि मैं पाकिस्तान एम्बेसी आ रहा मैं सोचा क्यों ना हरे रंग च रंग जाइए। और मैं थैंक यू करना जसदीप सिंह होर का साजिद तरार होर का जिन्होंने सानू इस काबिल समझिया और मैं और सिक्स ऑफ अमेरिका ने कि असी उन्होंने कदम न कदम मिला के एम्बेसी जा सकी। इतने एक दो इशू से जिन्हें बहुत डिटेल से गल की एंड आई एम वेरी इंप्रेस कि जो एम्बेसडर है वो जो कमरे च वड़े मैंने लगे कोई कॉलेज स्टूडेंट आ गया एंड ही वॉज इज सो यंग बट ही इज़ वेरी इंटेलीजेंट उम्र नाल अकल का तकाजा नहीं किया जा सकता। ही इज़ वेरी यंग वेरी पेशेंट। जो असी उन्होंने कहा कि उत्थे साडे सिंह गुजरे ने तो उन्होंने सानू कहा कि मैं अपने मजहब से प्रे कर सकना दैट वॉज सो हार्ड टचिंग। लोग कहते हैं कि पाकिस्तान हिंदुस्तान सिख मुसलमाना च लड़ाई मैनू अज कुछ नहीं नज़र आया। मैनू तो इंज लगे कि जे हरे रंग च असी रंग गए हाँ। बहुत जल्द असी हुण मैनू सानू लग्या कि असी वीजे लगनगे और असी 550 साल के सिख ऑफ अमेरिका नाल असी पाकिस्तान जावांगे। तो जिवें मैं पहला कहा साडे ब्रदर जसदीप सिंह होरां दे छतर छाया दे विच प्रोग्रेस करांगे। सो मेरे वालों सत श्री अकाल। सत श्री अकाल जी। मैं हाँ मोनी गिल और अज असी खड़े हैगे हैं जी दो मैं कह कि तीन शख्सियत ऐसे ने जिहड़े कि सिक्स ऑफ अमेरिका नूं रिप्रजेंट करते हैं और अज असी एक मुद्दा लैके पाकिस्तान अंबैसी दे विच आए हैगे आ जिहड़ा कि तुहानूं डिटेल दे विच साडे ब्रदर साजिद जी दसणगे। साजिद जी तुहाडा बहुत बहुत स्वागत है माई टीवी ते। सत श्री अकाल। थैंक यू फॉर हैविंग मी ऑन योर शो। दसो अज दा एक्सपीरियंस कैसा रहा की मुद्दे सीगे और सानू जिहड़े सिखां नूं एज ए इंडियन ਤੁਸੀਂ ਤਾਂ ਪਾਕਿਸਤਾਨ ਤੋਂ ਬਿਲੋਂਗ ਕਰਦੇ ਹੋ ਸਾਨੂੰ ਤਾਂ ਬਹੁਤ ਹੀ ਅੱਛਾ ਲੱਗਿਆ ਸਾਨੂੰ ਲੱਗਿਆ ਕਿ ਵੀ ਆਰ ਇਨ ਆਰ ਓਨ ਅੰਬੈਸੀ। ਸੋ ਤੁਹਾਨੂੰ ਇਹ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕੈਸਾ ਰਿਹਾ ਇਹਦੇ ਸਿੱਖਾਂ ਦਾ ਮੁੱਦਾ ਲੈ ਕੇ ਤੁਸੀਂ ਅੱਜ ਇੱਥੇ ਆਏ ਹੋ ਅਤੇ ਤੁਹਾਡਾ ਐਕਸਪੀਰੀਅੰਸ ਕੈਸਾ ਰਿਹਾ ਜੀ। ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਵੇਖਣ ਵਾਲਾ ਦੱਸਾਂਗਾ ਕਿ ਮੈਂ ਸਿੱਖਸ ਆਫ ਅਮੈਰੀਕਾ ਦਾ ਡਾਇਰੈਕਟਰ ਹਾਂ ਵਾਹਿਦ ਪਾਕਿਸਤਾਨੀ ਅਮੈਰੀਕਨ ਔਰ ਮੁਸਲਿਮ ਡਾਇਰੈਕਟਰ ਹਾਂ ਔਰ ਅੱਜ ਅਸੀਂ ਇਹ ਜੱਥਾ ਲੈ ਕੇ ਆਏ ਸੀ ਅੰਡਰ ਦਾ ਲੀਡਰਸ਼ਿਪ ਆਫ ਜਸਦੀਪ ਸਿੰਘ ਜਿਹੜੇ ਚੇਅਰਮੈਨ ਨੇ ਸਾਡੇ ਸਿੱਖਸ ਆਫ ਅਮੈਰੀਕਾ ਦੇ। एक हादसा होया पाकिस्तान के जिते कि साढ़े एक सिख भरा मर्डर होया उस वास्ते असी अज आके पाकिस्तान एम्बैसी के अपने फीलिंग एक्सप्रैस करना चाहते थे। अंबैसडर साहब जिन्होंने कल ही ज्वाइन किया बड़े ग्रेसियस उन्होंने सानू टाइम दिता डी सी एम साहब ने और असी उन्होंने कतल के बारे उत्थे अपने इस साथ अपनी फीलिंग्स उन्होंने दसियां जिहड़ी सानू कि वादा किया गया कि इन्वेस्टिगेशन करनगे और मजीद
ਸਾਡੇ ਸਿੱਖ ਭਰਾਵਾਂ ਦੇ ਵਾਸਤੇ ਸਿਕਿਉਰਿਟੀ ਦਾ ਬੰਦੋਬਸਤ ਕੀਤਾ ਜਾਏਗਾ। ਇਸੇ ਮੌਕੇ ਦਾ ਫਾਇਦਾ ਉਠਾਉਂਦਿਆਂ ਅਸੀਂ ਆਪਣੇ ਸਿੱਖਾਂ ਦੀਆਂ ਦੂਸਰੀ ਮੰਗਾਂ ਵੀ ਆ ਟੇਬਲ 'ਤੇ ਰੱਖੀਆਂ ਨੇ, ਖਾਸ ਕਰ ਜਿਸ ਵਾਸਤੇ ਕਿ ਸਾਡੇ ਜਿਹੜੇ NRI ਸਿੱਖ ਭਰਾ ਨੇ ਅਮੈਰੀਕਾ ਦੇ, ਕੈਨੇਡਾ ਦੇ, ਬ੍ਰਿਟਨ ਦੇ, ਉਹਨਾਂ ਨੂੰ ਔਨ ਅਰਾਈਵਲ ਵੀਜ਼ੇ ਦੀ ਗੱਲ ਕੀਤੀ ਗਈ ਹੈ। ਉਹਨਾਂ ਦੇ ਉੱਥੇ ਰਿਹਾਇਸ਼ ਦੇ ਬੰਦੋਬਸਤ ਜਿਹੜੇ ਨੇ ਉਹਨਾਂ ਨੂੰ ਇੰਪਰੂਵ ਕਰਨ ਦੀ ਮੰਗ ਅਸੀਂ ਕੀਤੀ ਔਰ ਸਾਰੀਆਂ ਬੜੀਆਂ ਅੱਛੀਆਂ ਅੰਬੈਸਡਰ ਸਾਹਿਬ ਨੇ ਸਾਨੂੰ ਲਿਆ ਅਤੇ ਮੇਰੇ ਖਿਆਲ 'ਚ ਤਾਂ ਅਸੀਂ ਸਾਰੇ ਬੜੇ। ਮੈਂ ਅੱਜ ਖਾਸ ਕਰ ਇਸ ਚੀਜ਼ ਦਾ ਫਾਇਦਾ ਉਠਾਵਾਂਗਾ ਕਿ ਮੈਂ ਮੋਨੀ ਸਿੰਘ ਸਾਹਿਬ ਦੇ ਚੈਨਲ ਦੇ ਹਵਾਲੇ ਨਾਲ ਕਿ ਵਿਸਾਖੀ ਦਾ ਇੱਥੇ ਸੈਲੀਬ੍ਰੇਸ਼ਨ ਹੋਣੀ ਚਾਹੀਦੀ ਇਸੀ ਦੇ ਵਿੱਚ, ਜਿਹੜਾ ਕਿ ਉਹਨਾਂ ਨੇ ਵਾਅਦਾ ਕੀਤਾ ਕਿ ਹੁਣ ਉਹ ਸੈਲੀਬ੍ਰੇਟ ਕਰਨਗੇ, ਕਿਉਂਕਿ ਵਿਸਾਖੀ ਅਤੇ ਸਿੱਖੀ ਔਰ ਪਾਕਿਸਤਾਨ ਇਹ ਇੱਕ ਹੀ ਚੀਜ਼ ਦਾ ਨਾਂ ਹੈ ਔਰ ਮੇਰੇ ਖਿਆਲ 'ਚ ਹੋਣਾ ਚਾਹੀਦਾ, ਕਰਨਾ ਚਾਹੀਦਾ ਔਰ ਕਰਨਗੇ। ਮੇਰੇ ਵੱਲੋਂ ਤੁਹਾਡੇ ਸਾਰੇ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਛੱਡ ਦਿਓ ਹੁਣ।